वाहिगुरु जी का खालसा वाहिगुरु जी की फतेह। मैं थोड़ी होस्ट रीत कौर न्यूज़ टीवी 84 के नाल। जैसे तुम सारे जानते हो कि पत्रकारी का खेतर एक बड़ा चैलेंजिंग जोखम भरिया फील्ड है। इसकी शेकरली उदाहरण अमेरिकन पत्रकार जेम्स फाली का इराकी इस्लामिस वालों बड़े ब्रूटल तरीके कतल किए जाना है। इस किते विच बुलंद हौसला पत्रकार भी हैं, पैसे की खातर विकन वाले पत्रकार भी हैं। एक ईमानदार पत्रकार का काम लोगों तक ठीक जानकारी पहुँचाना है। पंजाब विच अज भावें बहुत सारे नौजवान मुंडे कुड़ियां पत्रकारी दे फील्ड विच डिग्रियां लै रहे हैं, पर अफसोस धड़ल्लेदार पत्रकार उंगलों ते गिने चुने ही हैं। पंजाब दे बहुते पत्रकार सरकारी ग्रंटा पलाटा ते नगद कैश दे विकन वाले बन चुके हैं। बादल सरकार ने इस फील्ड उत्ते भी अपना पूरा कब्जा किया होया है ते विरोधी आवाज़ां नूं ओह बिल्कुल नहीं सहार दे। व्यूअर्स, अज जिस शख्सियत नाल असीं तुहानूं मिलान जा रहे हाँ वह पत्रकारी दी दुनिया विच इक बुलंद आवाज़ हन। उन्होंने औकड़ों के बावजूद पत्रकारी के असूलों नाल समझौता नहीं किया। उन्होंने डी एन नाइट टीवी विच भी सच की आवाज़ बुलंद की। फ्रीलैंसर जर्नलिस्ट वजो वह अड अड टीवी और रेडियो चैनल में अपनी सेवावान दे रहे हैं। साड़ी मुराद पत्रकार सुरिंदर सिंह जी तो है। अज असी उन्होंने पंथक पंजाब नाल संबंधित अते होर नैशनल इंटरनेशनल मुद्दों संबंधी गलबात करांगे। तो साना हुण लाइन ते जुड़ चुके ने चंडीगढ़ तो सरदार सुरिंदर सिंह जी। जी सुरिंदर सिंह जी, वाहिगुरु जी का खालसा वाहिगुरु जी की फतेह। वाहिगुरु जी की फतेह जी, वाहिगुरु जी का खालसा वाहिगुरु जी की फतेह। रूबरू हो रहे हो सुरिंदर सिंह जी। अज तुहानूं असीं वख-वख पंथक मुद्दों दे उपर गलबात करांगे, पर सब तो पहला जिस तरह तुसीं इंट्रोडक्शन दे विच कहा कि असीं तुहाडे विचार जानना चाहांगे, जिहड़ा अमेरिकन पत्रकार जेम्स फॉली जिसकी बड़ी ब्रूटल तरीके दे नाल हत्या कर दी गई है, एज ए पत्रकार तुसीं इस बारे की कहना चाहोगे? नाजी बात है जी, एक तरह का यह जो असीं गल करदे आ साडीआं सिखी रौह रीतां दी, साडी सिखां च शहादत दा जदों संकल्प ज़हन दे विच एक वजूद धरदा है ਤਾਂ ਉਹੀ ਲੋਕ ਨੇ ਜੀ ਇਹ ਜਿਹਨਾਂ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ, ਉਹੀ ਲੋਕ ਨੇ ਜਿਹਨਾਂ ਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀ। ਤੇ ਇਹ ਆਪਣੇ ਤਰੀਕੇ ਦਾ ਇੱਕ ਨਾਜ਼ੀਵਾਦ ਹੈ, ਆਪਣੇ ਤਰੀਕੇ ਦਾ ਇੱਕ ਬਰੁਟੈਲਿਟੀ ਹੈ, ਜਿਸ ਦੇ ਬਾਰੇ ਅਸੀਂ ਜਿੰਨੀ ਇਸਦੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਪੱਤਰਕਾਰ ਜਿਹੜਾ ਹੁੰਦਾ, ਪੱਤਰਕਾਰ ਆਪਣੇ ਆਪ ਦੇ ਵਿੱਚ ਇੱਕ ਨਿਰਪੱਖ ਭਾਈਚਾਰਾ ਹੁੰਦਾ, ਸਾਰੀ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਉਸਨੇ ਡਾਇਰੈਕਟਲੀ ਜਿਹੜੀ ਹੈ ਸਾਡੀ ਸੋਸਾਇਟੀ ਨੂੰ ਦੇਣੀ ਹੁੰਦੀ ਹੈ। ਬੜੀਆਂ ਮਾੜੀਆਂ ਹਾਲਤਾਂ ਦੇ ਵਿੱਚ, ਬਹੁਤ ਔਖੀਆਂ ਮੁਸ਼ਕਲਾਂ ਦੇ ਵਿੱਚ, ਸਮੇਂ ਦੇ ਵਿੱਚ ਉਹ ਜਾ ਕੇ ਉਸ ਸਿਚੁਏਸ਼ਨ ਤੇ ਉਸ ਸਪੋਟ ਦੇ ਉੱਤੇ ਜਾਂਦੇ ਨੇ, ਉੱਥੋਂ ਸਾਰੀ ਇਨਫੋਰਮੇਸ਼ਨ ਇਕੱਠੀ ਕਰਦੇ ਨੇ ਤੇ ਅੱਗੇ ਉਹ ਫਿਰ ਇਸ ਨੂੰ ਨਸ਼ਰ ਕਰਦੇ ਨੇ। ਤੇ ਇਹ ਪੱਤਰਕਾਰੀ ਦਾ ਧਰਮ ਹੁੰਦਾ। ਜੇ ਪੱਤਰਕਾਰ ਦੇ ਨਾਲ ਕੋਈ ਅਜਿਹਾ ਵਾਕਾ ਹੁੰਦਾ ਤਾਂ ਇਹ ਬਹੁਤ ਵੱਡੇ ਨਿੰਦਣ ਵਾਲੀ ਗੱਲ ਹੈ, ਤੇ ਐਸੀ ਜਿੰਨੀ ਮੈਂ ਕਹਿੰਦਾ ਕਿ ਆਲੋਚਨਾ ਕੀਤੀ ਜਾਵੇ ਥੋੜੀ ਹੈ। ਆਪਣੇ ਆਪ ਦੇ ਵਿੱਚ ਪੱਤਰਕਾਰੀ ਦੇ ਵਿੱਚ ਹੋਰ ਵੀ ਸਾਡੇ ਪੱਤਰਕਾਰ ਭਰਾ ਜਿਹੜੇ ਹੈਗੇ ਨੇ ਵਿਸ਼ਵ ਪੱਧਰ ਦੇ ਉੱਤੇ, ਗਾਜ਼ਾ ਦੀ ਲੜਾਈ ਹੋਈ ਹੈ, ਗਾਜ਼ਾ ਦੇ ਵਿੱਚ ਪਿਛਲੇ ਦਿਨੀ ਇਟਲੀ ਦੇ ਇੱਕ ਪੱਤਰਕਾਰ ਦੀ ਮੌਤ ਹੋਈ ਹੈ ਉੱਥੇ ਇਸਰਾਈਲੀ ਹਮਲੇ ਦੇ ਵਿੱਚ, ਤੇ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਹੋਰ ਵੱਖ ਵੱਖ ਜਿਹੜੀਆਂ ਥਾਵਾਂ ਦੇ ਉੱਤੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਤਾਂ ਇਹ ਜਿਹੜੇ ਜੇਮਸ ਫੌਲੀ ਨੇ, ਇਹਨਾਂ ਦੀ ਜਿਹੜੀ ਕੁਰਬਾਨੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਮੀਲ ਪੱਥਰ ਹੋਏਗੀ। ਮੈਂ ਕਹਿੰਦਾ ਕਿ ਬਹੁਤ ਇਹ ਨਵੇਂ ਜਿਹੜੇ ਹੁਣ ਇੱਕ ਹਾਲਾਤ ਨੇ ਉਹਨਾਂ ਨੂੰ ਜਨਮ ਦੇਵੇਗੀ। ਇਸ ਦੇ ਨਾਲ ਜ਼ਰੂਰ ਜਿਹੜੇ ਨਾਜ਼ੀਵਾਦੀ ਲੋਕ ਨੇ, ਫਾਸ਼ਿਜ਼ਮ ਨੇ ਜਾਂ ਕੱਟੜਵਾਦੀ ਲੋਕ ਨੇ, ਉਹਨਾਂ ਨੂੰ ਜ਼ਰੂਰ ਸਬਕ ਮਿਲੇਗਾ। ਅਜਿਹੇ ਹਾਲਾਤ ਬਣ ਜਾਣੇ ਨੇ ਬਹੁਤ ਜਲਦੀ, ਕੋਈ ਨਾ ਕੋਈ ਇਸਦਾ ਨਿਚੋੜ ਨਿਕਲੂਗਾ ਚੰਗਾ। ਜੀ ਬਿਲਕੁਲ ਬਿਲਕੁਲ ਜੀ। ਤੇ ਜਿਸ ਤਰ੍ਹਾਂ ਸੁਰਿੰਦਰ ਸਿੰਘ ਜੀ, ਤੁਹਾਡੀ ਇੱਕ ਡਾਕੂਮੈਂਟਰੀ ਫਿਲਮ ਤੁਸੀਂ ਤਿਆਰ ਕੀਤੀ ਸੀ, ਅੱਜ ਉਸ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਥੋੜੇ ਬਹੁਤੇ ਕੁਐਸਚਨਸ ਦੇ ਵਿੱਚ। ਜਿਸ ਤਰ੍ਹਾਂ ਤੁਸੀਂ ਡਾਕੂਮੈਂਟਰੀ ਫਿਲਮ ਸੱਚ ਤਿਆਰ ਕੀਤੀ ਸੀਗੀ, ਐਂਡ ਲਾਟ ਆਫ ਆਵਰ ਫੇਸਬੁੱਕ ਫਾਲੋਅਰਸ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੀ ਹੈ ਡਾਕੂਮੈਂਟਰੀ ਫਿਲਮ। ਇਟਸ ਅ ਵੈਰੀ ਨਾਈਸ ਫਿਲਮ। ਆਈ ਜਸਟ ਵਾਂਟ ਟੂ ਆਸਕ ਕਿ ਤੁਹਾਨੂੰ ਕਿਸ ਇਸ ਫਿਲਮ ਨੂੰ ਬਣਾਉਣ ਲਈ ਕਿਸ ਚੀਜ਼ ਨੇ ਪ੍ਰਭਾਵਿਤ ਕੀਤਾ, ਐਂਡ ਵਾਟ ਇਜ਼ ਦ ਮੈਸੇਜ ਬਿਹਾਈਂਡ ਦਿਸ ਪਿਕਚਰ? ਦੇਖੋ, ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਆਪਣਾ, ਜਾਂ ਇਤਿਹਾਸ ਦੇ ਜ਼ਰੀਏ ਅਸੀਂ ਅੱਗੇ ਪਹੁੰਚਦੇ ਹਾਂ, ਤਾਂ ਜਦੋਂ ਮੈਂ ਇਤਿਹਾਸ ਪੜ੍ਹਦਾ ਪੜ੍ਹਦਾ ਪੰਜਾਬ ਦੀ ਜਿਹੜੀ ਜੁਝਾਰਵਾਦੀ ਲਹਿਰ ਆ ਉੱਥੇ ਤੱਕ ਪਹੁੰਚਿਆ, ਤਾਂ ਉੱਥੇ ਕੁਛ ਲਿਟਰੇਚਰ ਮੇਰੀਆਂ ਅੱਖਾਂ ਦੇ ਸਾਹਮਣੇ ਅਜਿਹਾ ਆਇਆ ਜਿਸ ਨੂੰ ਪੜ੍ਹਦਿਆਂ ਪੜ੍ਹਦਿਆਂ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ। ਤੇ ਮੈਂ ਆਪਣੇ ਆਪ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਕਿ ਮੈਂ ਉਹਨਾਂ ਬੱਚਿਆਂ ਨੂੰ ਮਿਲਾਂ ਤੇ ਉਹਨਾਂ ਬੱਚਿਆਂ ਨੂੰ ਮਿਲ ਕੇ ਇਹ ਕੋਸ਼ਿਸ਼ ਕਰਾਂ ਕਿ ਉਹਨਾਂ ਨੂੰ ਪਤਾ ਕਿ ਉਹਨਾਂ ਦੇ ਜਿਹੜੇ ਪੇਰੈਂਟਸ ਸਨ ਜਾਂ ਉਹਨਾਂ ਦੇ ਪਿਤਾ ਸਨ, ਉਹ ਕੀ ਕਾਰਜ ਕਰਦੇ ਸਨ, ਕੀ ਕਾਰਜ ਕਰਦੇ ਆ, ਉਹ ਇਸ ਦੁਨੀਆਂ ਨੂੰ ਕੂਚ ਕਰਕੇ ਹੱਸਦੇ ਹੱਸਦੇ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਮੈਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਉੱਥੇ ਗਿਆ ਤਾਂ ਮੈਂ ਵੱਖ ਵੱਖ ਬੱਚਿਆਂ ਨੂੰ ਮਿਲਿਆ, ਤਾਂ ਮੈਨੂੰ ਪਤਾ ਲੱਗਾ ਕਿ ਉੱਥੇ
ਕਿ ਇਹ ਬੱਚਿਆਂ ਦੀ ਜਿਹੜੀ ਜ਼ਿੰਦਗੀ ਹੈ, ਇਹ ਬੱਚੇ ਨੇ ਜਿਹੜੇ, ਇਹ ਸਾਰਾ ਕੁਛ ਇਹਨਾਂ ਨੇ ਆਪਣਾ ਕੁਰਬਾਨ ਕਰਕੇ ਜਿਹੜਾ ਹੈ ਉਹ ਕੌਮ ਦੇ ਲੇਖੇ ਲਾ ਦਿੱਤਾ। ਇਹਨਾਂ ਦੇ ਪੇਰੈਂਟਸ ਨੇ, ਇਹਨਾਂ ਦੇ ਜਿਹੜੇ ਫਾਦਰ ਸਨ, ਤਾਂ ਮੇਰੀਆਂ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਤੇ ਮੈਂ ਸੋਚਣ ਲਈ ਮਜਬੂਰ ਹੋ ਗਿਆ ਕਿ ਇਹਨਾਂ ਦੇ ਲਈ ਕੁਛ ਨਾ ਕੁਛ ਕਰਨਾ ਚਾਹੀਦਾ। ਉੱਥੋਂ ਇਹ ਫਿਲਮ ਜਨਮ ਲੈਂਦੀ ਹੈ, ਪੰਜਾਬ 1983 ਐਂਡ ਆਫਟਰ ਸੋਚ। ਤਾਂ ਉਹ ਫਿਰ ਮੈਨੂੰ, ਮੈਂ ਵੱਖ ਵੱਖ ਥਾਵਾਂ ਤੇ ਗਿਆ, ਹੋਰ ਵੀ ਬਹੁਤ ਮੇਰੇ ਪ੍ਰੋਜੈਕਟ ਨੇ ਏਦਾਂ ਦੇ ਮਨ ਦੇ ਵਿੱਚ। ਦੇਖੋ ਪੱਤਰਕਾਰੀ ਦੀ ਤੁਸੀਂ ਗੱਲ ਕਰਦੇ ਹੋ, ਪੱਤਰਕਾਰੀ ਅਲੱਗ ਅਲੱਗ ਤਰ੍ਹਾਂ ਦੀ ਪੱਤਰਕਾਰੀ ਹੁੰਦੀ ਹੈ। ਕੋਈ ਖੇਡ ਪੱਤਰਕਾਰ ਹੁੰਦਾ, ਕੋਈ ਫਿਲਮੀ ਪੱਤਰਕਾਰ ਹੁੰਦਾ, ਕੋਈ ਪੋਲਿਟਿਕਸ ਦਾ ਪੱਤਰਕਾਰ ਹੁੰਦਾ, ਅਲੱਗ ਅਲੱਗ ਬੀਟਸ ਹੁੰਦੀਆਂ ਨੇ ਜੀ। ਪਰ ਪੰਜਾਬੀ ਦੇ ਵਿੱਚ ਕੀ, ਹਿੰਦੀ ਦੇ ਵਿੱਚ ਵੀ ਇੰਟਰਨੈਸ਼ਨਲ ਲੈਵਲ ਤੇ ਸਿੱਖਾਂ ਦੇ ਕੋਲ ਕੋਈ ਅਜਿਹਾ ਪੱਤਰਕਾਰ ਨਹੀਂ ਹੈਗਾ ਜਿਹੜਾ ਸਿੱਖ ਸੰਘਰਸ਼ ਦੀ ਗੱਲ ਕਰੇ, ਸਿੱਖ ਵਿਰਸੇ ਦੀ ਗੱਲ ਕਰੇ ਤੇ ਸਿੱਖਾਂ ਦੀ ਸੋਚ ਦੀ ਗੱਲ ਕਰੇ, ਬੇਬਾਕ ਤਰੀਕੇ ਨਾਲ ਗੱਲ ਕਰੇ। ਏਦਾਂ ਦਾ ਪੱਤਰਕਾਰ ਸਾਡੇ ਕੋਲ ਹੈ ਨਹੀਂ। ਹਾਂਜੀ, ਫੀਲਡ ਖਾਲੀ ਪਿਆ ਸੀ ਤੇ ਮੈਂ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਵਿੱਚ ਨਹੀਂ ਹੈ, ਵਿਸ਼ਵ ਦੇ ਵਿੱਚ ਹੋਰ ਬਹੁਤ ਪੱਤਰਕਾਰ ਭਰਾ ਨੇ, ਸਾਡੀਆਂ ਭੈਣਾਂ ਨੇ, ਜਿਵੇਂ ਤੁਸੀਂ ਹੋ, ਤੁਸੀਂ ਵੀ ਪੱਤਰਕਾਰੀ ਕਰ ਰਹੇ ਹੋ, ਬਹੁਤ ਵਧੀਆ ਪੱਤਰਕਾਰੀ ਕਰ ਰਹੇ ਹੋ। ਤੇ ਪੰਜਾਬ ਦੇ ਵਿੱਚ ਇਹ ਮੈਦਾਨ ਖਾਲੀ ਸੀ। ਪੰਜਾਬ ਦੇ ਵਿੱਚ ਇਹਦੇ ਦੋ ਕਾਰਨ ਸਨ ਮੈਦਾਨ ਖਾਲੀ ਹੁੰਦੇ। ਇੱਕ ਤਾਂ ਇੱਥੇ ਦਬਾਅ ਬਾਦਲਾਂ ਦਾ, ਬਾਦਲ ਮੈਂ ਪੱਗ ਵਾਲਾ ਮੋਹਨ ਭਾਗਵਤ ਕਹਿੰਦਾ, ਤੇ ਇੱਕ ਤਾਂ ਉਹਦਾ ਦਬਾਅ ਤੇ ਇੱਕ ਜਿਹੜਾ ਹੈ ਇੱਥੇ ਲਾਲਚ ਜਿਹੜਾ ਹੈ ਨਾ, ਇਹ ਜਿਹੜੀ ਪੱਤਰਕਾਰੀ ਹੈ ਕੌਮ ਦੇ ਲਈ ਜੇ ਕਰਨੀ ਹੈ, ਇਹਦੇ ਲਈ ਜੇਬ ਖਾਲੀ ਹੋ ਜਾਂਦੀ ਹੈ ਬੰਦੇ ਦੀ, ਪੱਲਿਓ ਪੈਸੇ ਪਾਉਣੇ ਪੈਂਦੇ ਨੇ, ਰੋਟੀ ਤਾਂ ਮਿਲਣੀ ਕੀ ਹੈ, ਤਾਂ ਇਹ ਦੋ ਕਾਰਨ ਨੇ ਇਹਦੇ। ਤਾਂ ਇਸ ਕਰਕੇ ਇਹ ਮੈਦਾਨ ਖਾਲੀ ਪਿਆ ਸੀ। ਤਾਂ ਮੈਂ ਸੋਚਿਆ ਕਿ ਆਪਣੀ ਜਿਹੜੀ ਜ਼ਿੰਦਗੀ ਦੇ ਥੋੜੇ ਬਹੁਤੇ ਮੈਂ ਦਿਨ ਲਾ ਸਕਦਾ ਜਾਂ ਸਮਾਂ ਲਾ ਸਕਦਾ, ਮੈਂ ਉਹ ਪੱਤਰਕਾਰੀ ਦੇ ਨਾਮ ਕਰ ਦਿਆਂ, ਕਿਉਂਕਿ ਉਹਨਾਂ ਲੋਕਾਂ ਦੀ ਆਵਾਜ਼ ਜਿਹਨਾਂ ਦੇ ਘਰਾਂ ਦੇ ਵਿੱਚ ਚੁੱਲ੍ਹਿਆਂ 'ਚ ਘਾਹ ਉਗਾਇਆ, ਜਿਹਨਾਂ ਦੇ ਮਾਂ ਪਿਓ ਜਿਹੜੇ ਉਹਨਾਂ ਦੇ ਬੁੱਢੇ ਹੋ ਗਏ ਨੇ ਆਪਣੇ ਪੁੱਤਰਾਂ ਨੂੰ ਉਡੀਕਦੇ ਉਡੀਕਦੇ, ਜਿਹਨਾਂ ਦੇ ਪੁੱਤਰਾਂ ਬਾਰੇ ਅਜੇ ਤੱਕ ਇਹ ਨਹੀਂ ਪਤਾ ਕਿ ਉਹ ਜਿਉਂਦੇ ਨੇ ਜਾਂ ਮੋਏ ਨੇ, ਜਾਂ ਜਿਹਨਾਂ ਨੂੰ ਘਰੋਂ ਪੁਲਿਸ ਵਾਲੇ ਇਹ ਕਹਿ ਕੇ ਲੈ ਕੇ ਗਏ ਸੀ ਕਿ ਘੰਟੇ ਕੁ ਬਾਅਦ ਸਾਹਿਬ ਨੇ ਬੁਲਾਇਆ ਜੀ ਥਾਣੇ ਤੇ, ਘੰਟੇ ਕੁ ਬਾਅਦ ਹਾਜ਼ਰੀ ਲਾ ਕੇ ਭੇਜ ਦਿੰਦੇ ਵਾਪਸ, ਅਜੇ ਤੱਕ ਉਹ ਵਾਪਸ ਨਹੀਂ ਆਏ। ਇਹੋ ਜਿਹੇ ਜਿਹੜੇ ਲੋਕ ਸਨ, ਉਹਨਾਂ ਦਾ ਦੁੱਖ ਕੌਣ ਫਰੋਲੇ, ਉਹਨਾਂ ਦੇ ਦੁੱਖ ਦੀ ਗੱਲ ਕੌਣ ਅੱਗੇ ਤੱਕ ਲੈ ਕੇ ਜਾਏ। ਮੈਂ ਸੋਚਿਆ, ਮੇਰੇ ਦਿਲ ਦੇ ਵਿੱਚ ਆਇਆ ਕਿ ਮੈਨੂੰ ਉਹ ਗੱਲ ਕਰਨੀ ਚਾਹੀਦੀ ਹੈ ਜਿਹੜਾ ਕੋਈ ਵੀ ਨਹੀਂ ਕਰਦਾ ਹੈਗਾ। ਪੰਜਾਬ ਦੇ ਵਿੱਚ ਰਹਿ ਕੇ ਕਿਸੇ ਵੀ ਪੱਤਰਕਾਰ ਨੇ, ਭਾਵੇਂ ਉਹ ਕਿੰਨਾ ਵੀ ਵੱਡਾ ਸਿੱਖ ਕਿਉਂ ਨਾ ਹੋਵੇ, ਉਸ ਪੱਤਰਕਾਰ ਨੇ ਇਸ ਵਿਸ਼ੇ ਦੇ ਉੱਤੇ ਆਪਣੀ ਕਲਮ ਨਹੀਂ ਚਲਾਈ, ਇਸ ਵਿਸ਼ੇ ਦੇ ਉੱਤੇ ਆਪਣਾ ਮੂੰਹ ਨਹੀਂ ਖੋਲਿਆ, ਇਸ ਵਿਸ਼ੇ ਦੇ ਉੱਤੇ ਆਪਣੇ ਕੈਮਰੇ ਦਾ ਢੱਕਣ ਨਹੀਂ ਖੋਲਿਆ। ਤਾਂ ਮੈਂ ਕੋਸ਼ਿਸ਼ ਕੀਤੀ ਹੈ ਕਿ ਇਸ ਤਰੀਕੇ ਨਾਲ ਮੈਂ ਉਹਨਾਂ ਭਰਾਵਾਂ ਦਾ, ਉਹਨਾਂ ਭੈਣਾਂ ਦਾ ਦਰਦ ਆ ਜਿਹੜਾ ਵਿਸ਼ਵ ਪੱਧਰ ਦੇ ਉੱਤੇ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਕਿਤੇ ਸਿੱਖ ਭਰਾ ਵੱਸਦੇ ਨੇ, ਸਾਡੀ ਸਿੱਖ ਕੌਮ ਦੇ ਬੰਦੇ ਵੱਸਦੇ ਨੇ, ਉਹਨਾਂ ਦੇ ਤੱਕ ਉਹਨਾਂ ਦੀ ਗੱਲ ਮੈਂ ਜ਼ਰੂਰ ਪਹੁੰਚਾਵਾਂ। ਹਾਂਜੀ ਬਿਲਕੁਲ। ਫਸਟ ਆਫ ਆਲ ਸੁਰਿੰਦਰ ਸਿੰਘ ਜੀ, ਥੈਂਕ ਯੂ ਸੋ ਮੱਚ ਕਿ ਤੁਸੀਂ ਇਹ ਪੂਰਾ ਵੇਰਵਾ ਦਿੱਤਾ ਸਾਡੇ ਦਰਸ਼ਕਾਂ ਨੂੰ, ਬਿਕੋਜ਼ ਬੀਇੰਗ ਇਨ ਨਿਊ ਜਨਰੇਸ਼ਨ ਐਂਡ ਸਪੈਸ਼ਲੀ ਬੀਇੰਗ ਇਨ ਅਮਰੀਕਾ, ਸਾਨੂੰ ਬਹੁਤ ਚੀਜ਼ਾਂ ਦਾ ਨਹੀਂ ਪਤਾ ਲੱਗਦਾ ਕੀ ਹੋਇਆ ਸੀ ਪੰਜਾਬ ਦੇ ਵਿੱਚ। ਆਲ ਵੀ ਡੂ ਇਜ਼ ਲਾਈਕ ਹੀਅਰ ਦੈਮ ਫਰੋਮ ਆਵਰ ਪੇਰੈਂਟਸ ਜਾਂ ਬਜ਼ੁਰਗਾਂ ਤੋਂ ਸੁਣਦੇ ਹਾਂ, ਪਰ ਦੀਜ਼ ਫਿਲਮ ਡੂ ਅ ਵੈਰੀ ਗੁੱਡ ਜਾਬ ਫੋਰ ਅਸ ਕਿ ਸਾਨੂੰ ਪੂਰੀ ਡਿਟੇਲ ਦੇ ਵਿੱਚ ਸਾਨੂੰ ਜਾਣਕਾਰੀ ਹੁੰਦੀ ਕਿ ਸਾਡੇ ਭੈਣ ਭਰਾਵਾਂ ਨਾਲ ਉਸ ਸਮੇਂ ਦੇ ਵਿੱਚ ਕੀ ਹੋਇਆ ਸੀ, ਤਾਂ ਸਾਡੀ ਅਗਲੀ ਜਨਰੇਸ਼ਨ ਨੂੰ ਵੀ ਇਸ ਚੀਜ਼ ਦੇ ਬਾਰੇ ਨੌਲੇਜ ਹੋਏਗੀ। ਸੋ ਥੈਂਕ ਯੂ ਸੋ ਮੱਚ ਕਿ ਤੁਸੀਂ ਇਸ ਬਾਦਲ ਸਰਕਾਰ ਕੋਲ ਡਰ ਕੇ ਡਰੇ ਨਹੀਂ ਹੈਗੇ, ਤੁਸੀਂ ਇੱਕ ਆਪਣਾ ਕਦਮ ਅੱਗੇ ਚੁੱਕਿਆ ਐਂਡ ਯੂ ਮੇਡ ਦਿਸ ਫਿਲਮ ਐਂਡ ਵਿਚ ਇਜ਼ ਅ ਰੀਅਲੀ ਨਾਈਸ ਫਿਲਮ ਐਂਡ ਵੀ ਰੀਅਲੀ ਅਪਰੀਸ਼ੀਏਟ ਹੈਟਸ ਆਫ ਟੂ ਯੂ ਫੋਰ ਦਿਸ ਐਂਡ ਵੀ ਵੁੱਡ ਲਾਈਕ ਟੂ ਆਸਕ ਯੂ, ਤੁਸੀਂ ਸੋਚ ਫਿਲਮ ਬਣਾਈ ਸੀ ਜਿਸ ਦੇ ਵਿੱਚ ਕਾਫੀ ਸਾਰੀਆਂ ਸਾਡੀਆਂ ਬੱਚੀਆਂ ਸੀਆਂ ਜਿਹਨਾਂ ਦੇ ਮਾਂ ਬਾਪਾਂ ਨੂੰ ਉਸ ਮਾਂ ਪੇਰੈਂਟਸ ਨੂੰ ਉਸ ਸਮੇਂ ਦੇ ਵਿੱਚ ਮਾਰ ਦਿੱਤਾ ਗਿਆ ਸੀ, ਐਂਡ ਡੂਇੰਗ ਦਿਸ ਫਿਲਮ ਯੂ ਆਸਕ ਫੋਰ ਲਾਈਕ ਹੈਲਪ ਫਰੋਮ ਅਸ, ਅਸੀਂ ਜਿਹੜੇ ਅਮੈਰੀਕਨਸ ਆ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਹੈਗੇ ਨੇ ਲੋਕ ਸਿੱਖ ਹੈਗੇ, ਅਸੀਂ ਕਿੱਦਾਂ ਹੈਲਪ ਕਰ ਸਕਦੇ ਇਹਨਾਂ ਬੱਚਿਆਂ ਦੀ, ਇਸ ਬਾਰੇ ਵੀ ਥੋੜ੍ਹੀ ਬਹੁਤੀ ਜ਼ਰੂਰ ਡਿਟੇਲ ਦਿਓ। ਜੀ ਜੀ ਬਿਲਕੁਲ ਜੀ ਬਿਲਕੁਲ। ਤਾਂ ਇਸ ਤਰੀਕੇ ਨਾਲ ਦੇਖੋ, ਸਾਡੇ ਕੋਲ ਜਿਹੜੇ ਹੈ ਨੇ ਕੁੱਲ ਮਿਲਾ ਕੇ ਜਿਹੜੇ ਦਬਾਅ ਦੀ ਜਿਹੜੀ ਰਾਜਨੀਤੀ ਇੱਥੇ ਇਸ ਵੇਲੇ ਚੱਲ ਰਹੀ ਹੈ, ਸਾਨੂੰ ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਪਛਾਣ ਕਰਨੀ ਪਏਗੀ ਕਿ ਅਸੀਂ ਕਿਹਦੇ ਰਾਜ ਦੇ ਥੱਲੇ ਜੀ ਰਹੇ ਹਾਂ, ਕਿਉਂਕਿ ਇੰਟਰਨੈਸ਼ਨਲ ਲੈਵਲ ਤੇ ਇਹ ਪ੍ਰਚਾਰ ਕੀਤਾ ਜਾ ਰਿਹਾ ਕਿ ਸਿੱਖਾਂ ਦਾ ਰਾਜ ਹੈ ਪੰਜਾਬ ਦੇ ਵਿੱਚ, ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ, ਇਹ ਸ਼ਬਦ ਜਿਹੜੇ ਕੌੜੇ ਲੱਗਣ ਲੱਗ ਪਏ ਨੇ ਮੈਨੂੰ ਹੁਣ ਜਦੋਂ ਇਹ ਵਰਤਦੇ ਨੇ ਆਪਣੀ ਪਾਰਟੀ ਦੇ ਨਾਮ ਨਾਲ, ਨਾ ਤਾਂ ਇਹ ਸ਼੍ਰੋਮਣੀ ਨੇ ਨਾ ਅਕਾਲ ਪੁਰਖ ਨੂੰ ਮੰਨਣ ਵਾਲੇ ਅਕਾਲੀ ਨੇ, ਇਹ ਤਾਂ ਕਾਲਕਾ ਨੂੰ ਪੂਜਣ ਵਾਲੇ ਕਾਲਕਾ ਦਾ ਕਾਲਕਾ ਦੀ ਆਰਾਧਨਾ ਕਰਨ ਵਾਲੇ ਅਕਾਲੀ ਨੇ, ਇਹ ਅਕਾਲੀ ਨੇ ਤੇ ਅਗਲੋਂ ਖਾਲੀ ਨੇ। ਤਾਂ ਇਹ ਗੱਲ ਜਿਹੜੀ ਹੈਗੀ ਹੈ, ਇਹ ਸਪਸ਼ਟ ਤੌਰ ਦੇ ਉੱਤੇ ਸਾਨੂੰ ਇਹਦੇ ਤੇ ਡੂੰਘਾਈ ਦੇ ਨਾਲ ਵਿਚਾਰ ਕਰਨਾ ਚਾਹੀਦਾ। ਇਹੋ ਜਿਹੇ ਮਾਹੌਲ ਦੇ ਵਿੱਚ ਕੰਮ ਕਰਨਾ ਵੀ ਔਖਾ, ਜਿਉਣਾ ਵੀ, ਸਾਹ ਲੈਣਾ ਵੀ ਔਖਾ। ਜੇ ਤਾਂ ਤੁਸੀਂ ਮੰਦਰਾਂ ਦੀਆਂ ਘੱਟੀਆਂ ਖੜਕਾ ਕੇ ਇੱਥੇ ਦਾੜੀ ਮੁੱਛਾਂ ਆਪਣੀਆਂ ਮਨਾ ਕੇ ਤੇ ਸਮੈਕ ਪੀ ਕੇ ਜੇ ਤਾਂ ਇੱਥੇ ਰਹਿਣਾ ਚਾਹੁੰਦੇ ਹੋ ਫਿਰ ਤਾਂ ਰਹਿ ਸਕਦੇ ਹੋ, ਨਹੀਂ ਤਾਂ ਤੁਸੀਂ ਜੇ ਖਾਲਸੇ ਦੇ ਆਜ਼ਾਦ ਰਾਜ ਦੇ ਬੋਲ ਵਾਲੇ, ਖਾਲਸੇ ਦੇ ਬੋਲ ਵਾਲੇ ਦੀ ਗੱਲ ਕਰਨੀ ਆ, ਫਿਰ ਤੁਹਾਨੂੰ ਜਿਨ੍ਹਾਂ ਦੇ ਵਿੱਚ ਰਹਿਣਾ ਪਊਗਾ, ਫਿਰ ਤੁਹਾਨੂੰ ਦੱਬ ਕੇ ਰਹਿਣਾ ਪਊਗਾ, ਫਿਰ ਤੁਹਾਨੂੰ ਤੁਸੀਂ ਪੰਜਾਬ ਤੋਂ ਬਾਹਰ, ਤੁਹਾਡੇ ਲਈ ਕੋਈ ਧਰਤੀ ਤਾਂ ਹੋ ਸਕਦੀ ਹੈ, ਪੰਜਾਬ ਦੇ ਵਿੱਚ ਤੁਹਾਡੇ ਲਈ ਪਾਬੰਦੀਆਂ ਨੇ, ਪੰਜਾਬ ਤੋਂ ਤੁਹਾਨੂੰ ਦੇਸ਼ ਨਿਕਾਲਾ ਹੈ। ਇਸ ਤਰੀਕੇ
ਅਸੀਂ ਵਾਰ ਵਾਰ ਕਹਿੰਦੇ ਹਾਂ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਦੰਦੇ ਪੰਥਕ ਪਾਰਟੀ ਦੇ ਏਦਾਂ ਤਾਂ ਇਹ ਫਖਰੇ ਕੌਮ ਇਹ ਏਦਾਂ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਇਹਨਾਂ ਨੂੰ ਸ਼ਰਮ ਨਹੀਂ ਆਊਗੀ ਨਾ ਅਸੀਂ ਸਾਨੂੰ ਕਹਿਣਾ ਚਾਹੀਦਾ ਕਿ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹ ਤਾਂ ਇੱਕ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਇਸ ਨੂੰ ਪਾਲਿਆ ਗਿਆ ਸੀ, ਬਚਪਨ ਤੋਂ ਹੀ ਤਿਆਰ ਕੀਤਾ ਗਿਆ ਸੀ। ਪਹਿਲਾਂ ਇਹ ਕਾਂਗਰਸ 'ਚ ਹੁੰਦਾ ਸੀ, ਕਾਂਗਰਸ ਦੀ ਟਿਕਟ ਤੋਂ ਇਹਨੇ ਚੋਣ ਲੜੀ, ਸਭ ਤੋਂ ਪਹਿਲਾਂ MLA ਬਣਿਆ ਜੀ। ਵਿਸ਼ੇਸ਼ ਤਰੀਕੇ ਨਾਲ ਜਿਵੇਂ ਕੋਈ ਵੱਡੀਆਂ ਵੱਡੀਆਂ ਜਿਹੜੀਆਂ ਜਿਵੇਂ ਅਮਰੀਕਾ ਦੀ ਜਾਂ ਰੂਸ ਦੀ KGB ਹੁੰਦੀ ਸੀ ਜਾਂ ਰਾਜ ਏਜੰਸੀਆਂ ਇੰਡੀਆ ਦੀ ਵੱਡੀਆਂ ਵੱਡੀਆਂ ਏਜੰਸੀਆਂ ਹੁੰਦੀਆਂ ਨੇ, ਇਹ ਆਪਣੇ ਬੰਦੇ ਤਿਆਰ ਕਰਦੀਆਂ ਨੇ, ਪਾਲਦੀਆਂ ਨੇ ਬਚਪਨ ਤੋਂ ਹੀ ਜਾਂ ਫਿਰ ਨੌਜਵਾਨ ਦੀ ਅਵਸਥਾ ਚ ਕਿਸ਼ੋਰ ਅਵਸਥਾ ਚ ਬੰਦੇ ਤਿਆਰ ਕਰਦੀਆਂ ਨੇ ਤਾਂ ਕਿ ਵੱਡੀ ਉਮਰ ਦੇ ਵਿੱਚ ਇਹ ਹੁਕਮ ਦਾ ਪੱਤਾ ਸਾਬਤ ਹੋਣਗੇ ਤੇ ਉਹਨਾਂ ਨੂੰ ਵਰਤਿਆ ਜਾ ਸਕੂਗਾ। ਬਿਲਕੁਲ ਇਸੇ ਤਰ੍ਹਾਂ ਬਾਦਲ ਨੂੰ ਇਹਨਾਂ ਨੇ ਤਿਆਰ ਕੀਤਾ, ਬਾਦਲ ਪਰਿਵਾਰ ਨੂੰ ਤਿਆਰ ਕੀਤਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਉਹ ਇਹਨਾਂ ਨੂੰ ਸਿੱਖ ਕੌਮ ਦੇ ਖਿਲਾਫ਼ ਵਰਤਿਆ ਜਾ ਸਕੇ। ਸੋ ਇਹ ਨੀਲੀ ਪੱਗ ਵਾਲਾ ਮੋਹਨ ਭਾਗਵਤ ਆ ਨਾ, ਨੀਲੀ ਪੱਗ ਵਾਲਾ ਇਹ ਪ੍ਰਵੀਨ ਤੋਗੜੀਆ, ਇਹ ਸਾਰੀਆਂ ਇਹਦੇ ਚ ਖੂਬੀਆਂ ਨੇ। ਸਿਰਫ ਇੱਕ ਗੁਰੂ ਮਹਾਰਾਜ ਦਾ ਸ੍ਰੀ ਅਕਾਲ ਪੁਰਖ ਵਾਹਿਗੁਰੂ ਦਾ ਇਹ ਸੇਵਕ ਨਹੀਂ ਹੈਗਾ, ਬਾਕੀ ਸਾਰਿਆਂ ਦਾ ਸੇਵਕ ਹੈ, ਮੋਦੀ ਦਾ ਸੇਵਕ ਹੈ। ਤੇ ਇਹਦੇ ਤੋਂ ਬਚਣਾ ਚਾਹੀਦਾ ਇਹਦੇ। ਹੁਣ ਦੇਖੋ ਗੱਲ ਤਾਂ ਪੂਰੀ ਹੋ ਗਈ ਤੇ ਅੱਗੋਂ ਲਈ ਕੌਮ ਨੂੰ ਵਿਚਾਰ ਕਰਨਾ ਚਾਹੀਦਾ ਕਿ ਇਸ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕੇ। ਕਿਉਂਕਿ ਦੇਖੋ ਸਾਨੂੰ ਜਿਹੜਾ ਦੁਸ਼ਮਣ ਆ ਸਾਡਾ ਉਹਦੇ ਬਾਰੇ ਤਾਂ ਪਤਾ ਕਿ ਸਾਡਾ ਦੁਸ਼ਮਣ ਸਾਹਮਣੇ ਖੜਾ, ਪਰ ਜਿਹੜਾ ਬੁੱਕਲ ਦਾ ਸਾਡਾ ਬੁੱਕਲ ਦੇ ਅੰਦਰ ਬੈਠਾ ਸੱਪ ਉਹਦੇ ਬਾਰੇ ਸਾਨੂੰ ਪਤਾ ਨਹੀਂ ਹੈਗਾ। ਇਹ ਸਭ ਤੋਂ ਜ਼ਿਆਦਾ ਖਤਰਨਾਕ ਹੁੰਦੇ ਨੇ, ਇਸ ਤੋਂ ਜਿੰਨਾ ਜ਼ਿਆਦਾ ਖਤਰਾ ਸਾਨੂੰ ਹੋਰ ਕਿਸੇ ਤੋਂ ਖਤਰਾ ਨਹੀਂ ਹੈਗਾ। ਜੀ ਬਿਲਕੁਲ ਬਿਲਕੁਲ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸਾਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਖਤਰਾ ਹੈ, ਐਂਡ ਰਾਈਟ ਨਾਉ ਜਿਸ ਤਰ੍ਹਾਂ ਕਾਫੀ ਸਾਰੀ ਨਿਊਜ਼ ਸੁਣਨ ਨੂੰ ਮਿਲਦੀ ਹੈ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਡਰੱਗਸ ਫੈਲੀ ਜਾ ਰਹੀ ਹੈ, ਸਾਨੂੰ ਸਾਡੇ ਬੱਚਿਆਂ ਨੂੰ ਜਿਹੜੀ ਨਿਊ ਜਨਰੇਸ਼ਨ ਆ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਖਤਰਾ ਹੈ। ਇਹਨਾਂ ਕੋਲ ਪੰਜਾਬ ਦੇ ਵਿੱਚ ਤਾਂ ਸ਼੍ਰੋਮਣੀ ਅਕਾਲੀ ਦਲ ਕੋਲ, ਪੰਜਾਬ ਦੇ ਵਿੱਚ ਸਾਡੇ ਸਿੱਖਾਂ ਦੀ ਜਵਾਨੀ ਜਾਂ ਫਿਰ ਸਾਡੀ ਪੰਜਾਬ ਦੇ ਵਿੱਚ ਆਈਡੈਂਟੀ ਤਾਂ ਸੰਭਾਲ ਨਹੀਂ ਹੁੰਦੀ, ਪਰ ਇਹ ਨਾ ਅਮੈਰੀਕਾ ਨੂੰ ਬਹੁਤ ਕਾਲੇ ਪਏ ਹੋਏ ਨੇ। ਅਮੈਰੀਕਾ ਆ ਕੇ ਇਹ ਕੈਲੀਫੋਰਨੀਆ ਦੇ ਯੂਬਾ ਸਿਟੀ ਦੇ ਵਿੱਚ ਇਹ ਸਕੂਲ ਖੋਲ੍ਹਣੇ ਚਾਹੁੰਦੇ ਨੇ, ਗੁਰਦੁਆਰੇ ਖੋਲ੍ਹਣੇ ਚਾਹੁੰਦੇ ਨੇ, ਇੱਕ ਸਿੱਖ ਸੈਂਟਰ ਖੋਲ੍ਹਣੇ ਚਾਹੁੰਦੇ ਨੇ ਤਾਂ ਕਿ ਅਮੈਰੀਕਨਸ ਨੂੰ ਪਤਾ ਲੱਗੇ ਕਿ ਸਿੱਖਾਂ ਦੀ ਆਈਡੈਂਟੀ ਕੀ ਹੈ। ਤੁਹਾਨੂੰ ਕੀ ਲੱਗਦਾ ਕਿ ਇਹਨਾਂ ਦਾ ਕੀ ਗੇਮ ਪਲਾਨ ਆ ਅੱਗੇ? ਦੇਖੋ ਸਭ ਤੋਂ ਵੱਡੀ ਗੇਮ ਜਿਹੜੀ ਇਹਨਾਂ ਨੇ ਚੱਲਣੀ ਸੀ, ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਸਿੱਖ ਬੰਦੂਕ ਨਾਲ ਤਾਂ ਗੋਲੀ ਨਾਲ ਤਾਂ ਮਰਦੇ ਨਹੀਂ ਹੈਗੇ, ਇਹਨਾਂ ਨੇ ਸਭ ਤੋਂ ਜ਼ਿਆਦਾ ਵੱਡਾ ਆਜ਼ਾਦ ਹਿੰਦੁਸਤਾਨ ਦੇ ਵਿੱਚ, ਆਜ਼ਾਦ ਭਾਰਤ ਦੇ ਵਿੱਚ 1947 ਤੋਂ ਬਾਅਦ ਸਭ ਤੋਂ ਵੱਡਾ ਤਜਰਬਾ ਇਹਨਾਂ ਨੇ ਕੀਤਾ 1984 ਦੇ ਵਿੱਚ, ਜੂਨ 1984 ਦੇ ਵਿੱਚ, ਤੇ ਉੱਥੇ ਇਹਨਾਂ ਦਾ ਜ਼ੋਰ ਲੱਗ ਗਿਆ ਪੂਰਾ। ਉੱਥੇ ਜਿੰਨਾ ਦਬਾਇਆ ਗਿਆ ਸਿੱਖ ਕੌਮ ਨੂੰ ਜੂਨ 1984 ਦੇ ਵਿੱਚ, ਉਨਾ ਜ਼ਿਆਦਾ ਕੌਮ ਉੱਪਰ ਉੱਠੀ, ਕੌਮ ਨੇ ਏਕੇ ਦਾ ਸਬੂਤ ਦਿੱਤਾ, ਕੌਮ ਨੇ ਇੰਨੀ ਜ਼ਿਆਦਾ ਪਾਵਰ ਦੇ ਨਾਲ ਬਾਊਂਸ ਬੈਕ ਕੀਤਾ ਕਿ ਇਹਨਾਂ ਨੂੰ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਇਹਨਾਂ ਨੂੰ ਆਪਣੀਆਂ ਕੁਰਸੀਆਂ ਹਿੱਲਦੀਆਂ ਪ੍ਰਤੀਤ ਹੋਣ ਲੱਗੀਆਂ, ਤੇ ਇਹਨਾਂ ਨੂੰ ਲੱਗਿਆ ਕਿ ਪੰਜਾਬ ਤਾਂ ਗਿਆ ਕਿ ਗਿਆ ਸਾਡੇ ਹੱਥੋਂ। ਉੱਥੋਂ ਫਿਰ ਇਹਨਾਂ ਨੇ RSS ਨਾਲ, ਕਾਂਗਰਸ BJP RSS ਬਜਰੰਗ ਦਲ, ਜਿੰਨੀਆਂ ਕੱਟੜਵਾਦੀ ਹਿੰਦੂ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਨੇ ਰਲ ਕੇ ਇੱਕ ਮਤਾ ਪਕਾਇਆ। ਉਹਨਾਂ ਨੂੰ ਸਾਰਿਆਂ ਨੂੰ ਸਲਾਹ ਦੇਣ ਵਾਲਾ ਬਾਦਲ ਸੀ, ਕਿਉਂਕਿ ਘਰ ਦਾ ਭੇਤੀ ਲੰਗਾ ਢਾਉਂਦਾ, ਇਹ ਮੁਹਾਵਰਾ ਕਹਾਵਤ ਐਵੇਂ ਨਹੀਂ ਬਣੀ ਹੈਗੀ। ਜੇ ਬਾਦਲ ਉਹਨਾਂ ਨੂੰ ਸਲਾਹ ਨਾ ਦਿੰਦਾ ਤਾਂ ਇਹ ਜਿਹੜੀਆਂ ਗੱਲਾਂ ਸਨ ਐਵੇਂ ਇਹ ਪੂਰੀਆਂ ਨਹੀਂ ਸਨ ਹੁੰਦੀਆਂ, ਕਿਉਂਕਿ ਜਦੋਂ ਪਹਿਲਾਂ ਰਾਜੀਵ ਗਾਂਧੀ ਨੇ, ਫਿਰ ਚੰਦਰ ਸ਼ੇਖਰ ਨੇ ਤੇ ਬੀਬੀ ਸਿੰਘ ਨੇ, ਇਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਖਾੜਕੂ ਜਥੇਬੰਦੀਆਂ ਦੇ ਨਾਲ ਕਿ ਤੁਸੀਂ ਸਰਕਾਰ ਬਣਾਓ, ਕਿ ਤੁਸੀਂ ਗੱਲਬਾਤ ਦਾ ਰਾਹ ਬਣਾਓ, ਇਸ ਖਿੱਤੇ ਦੇ ਵਿੱਚ, ਇਸ ਇਲਾਕੇ ਦੇ ਵਿੱਚ ਅਮਨ ਅਮਾਨ ਹੋਣਾ ਚਾਹੀਦਾ। ਤੇ ਕਿਉਂਕਿ ਉਹਨਾਂ ਨੇ ਦੇਖ ਲਿਆ ਸੀ 1984 ਦੇ ਵਿੱਚ ਨਵੰਬਰ ਚ ਵੀ ਤੇ ਜਿਹੜਾ ਜੂਨ ਦੇ ਵਿੱਚ ਵੀ, ਤੇ ਉਹਦੇ ਵਿੱਚ ਉਹਨਾਂ ਦੀ ਮਾਂ ਮਾਰੀ ਗਈ ਸੀ, ਉਹਨਾਂ ਦੀ ਮਾਂ ਦਾ ਨੁਕਸਾਨ ਹੋਇਆ ਸੀ, ਮਾਂ ਨੂੰ ਕਤਲ ਕੀਤਾ ਸੀ ਸਿੰਘਾਂ ਨੇ, ਤੇ ਉਸ ਤੋਂ ਪਤਾ ਲੱਗ ਗਿਆ ਸੀ ਕਿ ਇਹਦੇ ਵਿੱਚੋਂ ਨਿਕਲਣ ਵਾਲਾ ਕੁਛ ਨਹੀਂ, ਤੇ ਇਹਨਾਂ ਮੁੰਡਿਆਂ ਨੂੰ ਪੰਜਾਬ ਦਾ ਰਾਜ ਦੇ ਦਿਓ। ਜਦੋਂ ਇਹ ਗੱਲ ਬਾਦਲ ਨੂੰ ਪਤਾ ਲੱਗੀ ਤਾਂ ਉਹ ਸਿੱਧਾ ਜਾ ਕੇ ਕੇਂਦਰੀ ਏਜੰਸੀਆਂ ਕੋਲ ਪੈਰਾਂ 'ਚ ਉਹਨੇ ਪੱਗ ਰੱਖ ਦਿੱਤੀ ਨਾਲ ਦੀ ਨਾਲ, ਤੇ ਉਹਨਾਂ ਨੂੰ ਦੱਸਿਆ ਕਿ ਜ਼ਿੰਮੇਵਾਰੀ ਮੇਰੀ ਹੈ ਇਹ ਸਾਰੀ, ਤੁਸੀਂ ਇਹਨਾਂ ਨੂੰ ਰਾਜ ਨਾ ਦਿਓ, ਇਹਨਾਂ ਨੂੰ ਰਾਜ ਦੇ ਤਾ ਤੁਸੀਂ ਕਿਤੇ ਜੁਗੇ ਨੀ ਰਹੋਗੇ, ਇਹਨਾਂ ਨੇ ਖਾਲਿਸਤਾਨ ਬਣਾ ਲੈਣਾ, ਤੁਸੀਂ ਐਵੇਂ ਪੁੱਠਾ ਪੰਗਾ ਨਾ ਪਾਓ, ਰਾਜ ਤੁਸੀਂ ਮੈਨੂੰ ਦਿਓ ਭਾਵੇਂ ਨਾ ਦਿਓ, ਮੈਂ ਤੁਹਾਡਾ ਮਸਲਾ ਹੱਲ ਕਰ ਦਿੰਦਾ। ਉਸ ਤੋਂ ਬਾਅਦ ਇਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਸੀ ਬਾਈਕਾਟ ਕਰਵਾਇਆ ਚੋਣਾਂ ਦਾ ਖਾੜਕੂਆਂ ਕੋਲੋਂ ਜਾਣ ਬੁੱਝ ਕੇ, ਤੇ ਜਦੋਂ ਇਹਨਾਂ ਨੇ ਕਿਹਾ ਕਿ ਕੱਲੇ ਕੱਲੇ ਖਾੜਕੂ ਕੋਲ ਜਾ ਕੇ ਕਿ ਤੁਸੀਂ ਕਿਸ ਤਰੀਕੇ ਨਾਲ ਸਿਮਰਨਜੀਤ ਸਿੰਘ ਮਾਨ ਨੂੰ ਜਾਂ ਹੋਰ ਕਿਸੇ ਨੂੰ ਚੋਣਾਂ ਲੜਨ ਦਾ ਹੱਕ ਦੇ ਕੇ ਮੁੱਖ ਮੰਤਰੀ ਬਣਾ ਸਕਦੇ ਹੋ, ਕੁਰਬਾਨੀਆਂ ਤਾਂ ਤੁਸੀਂ ਕੀਤੀਆਂ ਨੇ ਜ਼ਿਆਦਾ, ਖੂਨ ਤੁਸੀਂ ਡੋਲਣ ਵਾਲੇ, ਤੁਸੀਂ ਬਾਈਕਾਟ ਕਰੋ, ਆਪਾਂ ਫੇਰ ਜਦੋਂ ਅਗਲੀ ਵਾਰ ਚੋਣਾਂ ਹੋਣਗੀਆਂ ਫਿਰ ਤੁਹਾਨੂੰ, ਸੁਖਦੇਵ ਸਿੰਘ ਬੱਬਰ ਜੀ, ਤੁਹਾਨੂੰ ਅਸੀਂ ਬਣਾਵਾਂਗੇ ਮੁੱਖ ਮੰਤਰੀ ਸੂਬੇ ਦਾ, ਤੇ ਭਾਈ ਗੁਰਜਾਨ ਸਿੰਘ ਬੁੱਧ ਸਿੰਘ ਵਾਲਾ ਜੀ, ਤੁਹਾਨੂੰ ਅਸੀਂ ਮੁੱਖ ਮੰਤਰੀ ਦੇਖਣਾ ਚਾਹੁੰਦੇ ਹੋ। ਕੱਲੇ ਕੱਲੇ ਕੋਲ ਜਾ ਕੇ ਇਹਨਾਂ ਨੇ ਉਹਨਾਂ ਨੂੰ ਲਾਲਚ ਦਿੱਤੇ, ਲੋਭ ਲਾਲਚ ਦਿੱਤੇ, ਤੇ ਦੱਸਿਆ ਕਿ ਤੁਹਾਡੀ ਜਿਹੜੀ ਜੰਗ ਆ, ਤੁਹਾਡਾ ਡੁੱਲਿਆ ਖੂਨ ਆ ਵਿਅਰਥ ਜਾਊਗਾ, ਤੇ ਸਿਮਰਨਜੀਤ ਸਿੰਘ ਮਾਨ ਮੁੱਖ ਮੰਤਰੀ ਬਣ ਗਿਆ,
खाड़कू सिंह का सफाया करवाता जुलम से जबर की चक्की एक बार फिर चली उस तो बाद जो बेअंत सिंह सिंघा ने खाड़कुआ ने पार बुलाता मैदान खाली हो गया सियासी खिलाफ पैदा हो गया पंजाब दे विच खाड़कू खत्म हो चुके सन इन्होंने शहीद करवाते फिर जिहड़ा है सी उत्ते मैदान खाली हो गया मुख्यमंत्री बनने का मौका मिलिया कैप्टन अमरिंदर सिंह भी जिहड़ा एक बार मुख्यमंत्री बनिया मिली भुगत नाल बनिया उस नूं भी असीं कह सकदे हां कि पक्के तौर दे उत्ते जिहड़ी इह एक बारी उहदी उस तरीके नाल अपने आप दे विच इह छलावा देण लई कौम नूं मुख्यमंत्री बनाया गया उस तो बाद इन्हां दा राज चल रहा असीं देख रहे हैं कि हुण किस तरीके नाल जिहड़े पंजाब दे लोक ने पंजाब दे सिंघ ने उह सौ चुके ने उह इकट्ठे नहीं हो रहे गुंडागर्दी की गुंडे पाले हुए ने इन्होंने सारे लोग उन्होंने डरते ने धीआं भैण वाले ने सारे उन्होंने डरना ठीक भी बनता कोई भी अपनी जबान खोलने तैयार नहीं है एक्शन की लेना एक्शन की लेना बूथां दे उत्ते बटन दबण लई तैयार नहीं हैगे सब कहना ने सिख लिया सी जदों लोक सभा चोणां होईआं क्योंकि चार सीटां तोड़न नूं हथ धोणा पिआ पटियाला संगरूर फतेहगढ़ साहिब ते फरीदकोट उह चार हलकिआं तों जदों इहनां नूं हथ धोणा पिआ ते बाकी हलकिआं दे विच इहनां ने समझौता कीता एच एस फूलका नूं हराया ताकि उह पार्लीमेंट दे विच जा के सज्जन कुमार ते जगदीश टाइटलर दे खिलाफ आवाज़ ना खोल सके मूंह ना खोल सके अपना दहशत फैलाई हुई है इस वेले केबल टीवी केबल माफिया रेता बजरी इतो तक के जेडे मीट कारखाने के मझा जांदियां ने गऊआं जांदियां ने उन्हां दा भी प्रति पशु पर कैटल गऊ हमारी माता है इन्हूं अपने करो स्लाटर हाउस जारी सी ऐसा इस तरीके नाल किसी भी चीज चो कोई पैसा नहीं छड़ रहे ऐसे बसा इन्हां दी चलदियां ने कोशिश करता खरीद लेंदे ने दबा लेंदे ने अफीम भुक्की शराब दे केस पा देंदे ने ज्यादा मतलब कई एहोजे भी केस देखे ने जिन्हां ते रेप दा केस इन्हां ने रजिस्टर कीता उहनूं दबाण लई ताकि उह बंदा आवाज ना खोले अज दी डेट दे विच घट्टो घट्ट जिहड़े हैगे ने 400-500 जिहड़े मुंडे ने छोटे जिहड़े नशे करदे हुंदे सी उहनां नूं इन्हां ने जेलां च बंद कीता है झूठे केस पा के कि इह नशा बेचदे ने इह स्वैक बेचदे ने इन्हां कोल इन्ने किलो इन्ने किलो खरीद गई है इस तों बाद ही जिहड़ी राजनीति चल रही है धोखे भी चल रही है एक तरह के नाल एक जबर जुलम चल रहा है इस वेले पंजाब दे विच उतों हर बंदा डरिया होया कि कोई किसी पार्टी वाल की देखे जिहड़ी मुख विरोधी पार्टी है पंजाब दी कांग्रेस उह नहीं आवाज उठा रही उह भी आपस दे विच मिले हुए ने इस करके आवाज नहीं उठा रही उहनां नूं पता इहनां दे बिजनेस सांझे ने इहनां दे कारोबार सांझे ने अंदरों इह इकट्ठे रात नूं इकट्ठे हो के इह शराबां पींदे ने ते दिने एक दूजे दे खिलाफ बयान दिंदे ने इहो जिहे हालात दे विच कोई बोले तां किवें बोले जी बिल्कुल सुरिंदर सिंह जी यू आर सो राइट एंड वी अग्री विद यू बिकॉज थिंग इज जो तुम इनफॉर्मेशन दी है बादल दलिया के बारे इट्स वेरी साढ़े सामने तो ऑलरेडी जो बाहर के देशों के दो लोग ने वी ऑलरेडी नो कि और की चीज़ है उन्हें किस तरह पंजाब की जवाई का घान करता पे किस तरह सा चीट करता पाया बट इट्स वेरी हार्ड टू अंडरसटैंड कि हिस हाउ उन्हें स्टिल लोग वोट पा रहे हैं फिर भी जीत रहा एंड और ही खातिर क्योंकि और ही इट्स ओनली बिकॉज ऑफ बादल एंड हिज दल एंड हिज परिवार सानू लोगों को जने खने को सुनना पैंता कि यू नो वट
सिख जड़े ने हिंदुओं के अंग ने कोई भी लोग उठ के सू कुछ भी कह लग पे बिकॉज ऑफ दिस बादल एंड दिस इज वेरी अंडरस्टैंडेबल वी आर वी ऑल नो वी हैव आईज टू बट एनी वेज वी लेट्स टॉक अबाउट इलेक्शन राइट नाउ बिकॉज इलेक्शन खत्म हुए ने तलवंडी साबो के पटियाले के इलेक्शन हुए ने काफ़ी मुकाम से काफ़ी चंगे रहे ने 80% टू 60% लोगों ने वोटा पाइया ने हाउ डू यू ये सारे इलेक्शन नतीजे की वेखते हो पंजाब की सियासत से इन इलेक्शन का की असर होगा दो तीन मिनट भी इस बारे अपने विचार सांझे करो देखो इट इज वेरी मच क्लियर के जे फेयर एंड फियरलेस इलेक्शन होवे पोलिंग होवे पंजाब दे विच तां ए पटियाला ते तलवंडी साबो दी गल नहीं इत्थे सारयां दी पट्टी पहुंच दित्ती जाएगी सारयां दी भावे ओह कांग्रेस है भावे अकाली दल है भावे भाजपा जी सारयां दी पट्टी पहुंच जानी है जे फेयर एंड फियरलेस जिहड़ी पोलिंग होवे पंजाब दे विच इहनां दी इत्थे मिली भुगत है आपस दे विच तलवंडी साबो ते पटियाला दी पटियाला सीट उहनां ने महाराणी जिहड़ी है सो कॉल्ड महाराणी है उहनूं जिताउणी है ते तलवंडी साबो दे उहनां ने जीत मिंदर सिद्धू नूं जिताउणी है जिहड़ा कि गुरु घर दा दोखी है ते इह सारे चक्कर ऐदां ही चले होए ने ते इहनां दी जिहड़ी मिली भुगत आ हुण जग जाहिर है ज्यादा तों ज्यादा साडे जिहड़े भरा ने वीर ने जिहड़े इस वेले सानूं सुण रहे ने उहनां चों कोई कांग्रेसी भी हो सकदा उहनां चों कोई बादल दल दा भी वीर हो सकदा तां इह जिहड़ी फ्लक्चुएशन आ ना इह हुंदी रहिंदी है हमेशा ही जी जदों सिमरनजीत सिंह मान होरां दी पार्टी जिहड़ी है ताकत फड़दी है पंजाब दे विच तां इह जिहड़ा सारा पोलराइजेशन हो गई सी उदों सारे जिन्ने भी दल सी कोई तलवंडी दल सी लौंगोवाल दल सी जां बादल दल सी जां टौड़ा दल सी ਸਾਰਿਆਂ ਦੇ ਜਿਹੜਾ ਵਰਕਰ ਸੀ ਨਾ ਹੇਠਲਾ ਕਾਡਰ ਸੀ ਉਹ ਸਿਮਰਨਜੀਤ ਸਿੰਘ ਮਾਨ ਦੇ ਪੈਰਾਂ 'ਚ ਡਿੱਗਣ ਨੂੰ ਫਿਰਦਾ ਸੀ ਉੱਧਰ ਝੁੱਕ ਗਿਆ ਸਾਰਾ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਬੰਦਾ ਤਾਂ ਨਾ ਲਾਲਚੀ ਆ ਨਾ ਕੋਈ ਲੈਣਾ ਦੇਣਾ ਇਸ ਨੂੰ ਨਾ ਕੋਈ ਸਿਆਸਤ ਆਉਂਦੀ ਹੈ ਜੇ ਤਾਂ ਖਾਲਿਸਤਾਨ ਦੀ ਗੱਲ ਕਰਦਾ ਸਾਰੇ ਆਪਣੇ ਆਪਣੇ ਘਰਾਂ 'ਚ ਵਾਪਸ ਆ ਗਏ ਉਹਨਾਂ ਨੇ ਦੇਖਿਆ ਸੀ ਕਿ ਇੱਧਰੋਂ ਸਾਨੂੰ ਕੀ ਮਿਲੂਗਾ ਇਹ ਦੇਖਣ ਲਈ ਉਹ ਨਾਲ ਨਾਲ ਫਿਰਦੇ ਸੀ ਨਾਲ ਨਾਲ ਤੁਰੇ ਫਿਰਦੇ ਸੀ ਇਸੇ ਤਰੀਕੇ ਨਾਲ ਇਹ ਲਾਣਾ ਇੱਦਾਂ ਦਾ ਹੀ ਹੁੰਦਾ ਜਦੋਂ ਸਾਨੂੰ ਕੋਈ ਲੀਡਰ ਮਿਲ ਗਿਆ ਉਹ ਬੰਦੇ ਫੇਰ ਆਉਣ ਲਈ ਤਿਆਰ ਨੇ ਜਦੋਂ ਸਾਨੂੰ ਹੁਣ ਤਾਂ ਡਰਦੇ ਮਾਰੇ ਉਹ ਇਹਨਾਂ ਦੇ ਨਾਲ ਤੁਰੇ ਫਿਰਦੇ ਨੇ ਇਹਨਾਂ ਪਾਰਟੀਆਂ ਦੇ ਨਾਲ ਦੋ ਡਰਦੇ ਉਹਨਾਂ ਨੂੰ ਇੱਕ ਤਾਂ ਉਹਨਾਂ ਦੀ ਰੋਜ਼ੀ ਰੋਟੀ ਬੰਦ ਹੋਜੂਗੀ ਦੋ ਨੰਬਰ ਦਾ ਕੰਮ ਕਰਦੇ ਨੇ ਦੂਜਾ ਇਹ ਹੈ ਵੀ ਜੇ ਹੁਣ ਛੱਡਣਗੇ ਉਹਨਾਂ ਨੂੰ ਚੜ੍ਹਦੇ ਸੂਰਜ ਨੂੰ ਜੇ ਛੱਡਣਗੇ ਤਾਂ ਉਹਨਾਂ ਦੇ ਉੱਤੇ ਕੋਈ ਨਾ ਕੋਈ ਕੇਸ ਪਾ ਕੇ ਉਹਨਾਂ ਨੂੰ ਜੇਲ੍ਹ 'ਚ ਡੱਕ ਦਿੱਤਾ ਜਾਊਗਾ ਗੱਲ ਇਹ ਹੈ ਕਿ ਹੁਣ ਜੇ ਕੋਈ ਨਵਾਂ ਸਾਡਾ ਕੋਈ ਭਰਾ ਨਵਾਂ ਸਾਡਾ ਕੋਈ ਲੀਡਰ ਉੱਠਦਾ ਤਾਂ ਉਹਨੂੰ ਲੋਕ ਅੱਖਾਂ ਸਿਰ ਅੱਖਾਂ ਤੇ ਬਿਠਾ ਲੈਣਗੇ ਜੀ ਚੱਕ ਲੈਣਗੇ ਉਹਨੂੰ ਇੱਕ ਵਾਰੀ ਉੱਪਰ ਕਿ ਕੋਈ ਆਵੇ ਤਾਂ ਸਹੀ ਕੋਈ ਜੰਮੇ ਤਾਂ ਸਹੀ ਕੋਈ ਮਾਈ ਦਾ ਲਾਲ ਹੈ ਜਿਹਦੇ 'ਚ ਕੁਰਬਾਨੀ ਦਾ ਤੇ ਤਿਆਗ ਦਾ ਜਿਹੜਾ ਹੈ ਉਹ ਅੰਸ਼ ਹੋਵੇ ਉਹ ਬੰਦੇ ਨੂੰ ਸਾਡੇ ਲੋਕ ਨੇ ਜਿਹੜੇ ਪੰਜਾਬ ਦੇ ਉਹ ਲੀਡਰ ਮੰਨਣ ਲਈ ਤਿਆਰ ਨੇ ਕੋਈ ਬੰਦਾ ਆਵੇ ਪੂਰੇ 117 ਸੀਟਾਂ ਦੀ ਗੱਲ ਕਰਦਾ ਤੁਸੀਂ ਤਲਵੰਡੀ ਸਾਬੋ ਤੇ ਪਟਿਆਲੇ ਦੀ ਗੱਲ ਕੀਤੀ ਹੈ ਮੈਂ ਕਹਿੰਦਾ ਇਹਦੇ 'ਚ ਤਲਵੰਡੀ ਸਾਬੋ ਦਾ ਰਿਜ਼ਲਟ ਕਲੀਅਰ ਹੈ ਪਟਿਆਲੇ ਦਾ ਕਲੀਅਰ ਹੈ ਜੇ ਅਸੀਂ ਹੁਣ ਇਹਦੇ ਤੇ ਕੋਈ ਵੀ ਗੱਲ ਕਰਾਂਗੇ ਉਹ ਫਾਲਤੂ ਦੀ ਗੱਲ ਹੋਊਗੀ ਸਮਾਂ ਖਰਾਬ ਕਰਨ ਵਾਲੀ ਗੱਲ ਹੋਊਗੀ ਇਹਨਾਂ ਦੀ ਮਿਲੀ ਭੁਗਤ But I would like to ask you Sundar ji because last week ਤੁਸੀਂ ਬੀਬੀ ਬਲਜਿੰਦਰ ਕੌਰ ਜੀ ਦਾ which is ਆਮ ਆਦਮੀ ਪਾਰਟੀ ਕੈਂਡੀਡੇਟ ਤੁਸੀਂ ਇੰਟਰਵਿਊ ਲਿੱਤੀ ਸੀਗੀ ਤੁਹਾਨੂੰ ਕੀ ਲੱਗਦਾ ਕਿਉਂਕਿ ਉਹ ਤਲਵੰਡੀ ਸਾਬੋ ਤੋਂ ਖੜੇ ਨੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੀ ਪੋਜੀਸ਼ਨ ਸਟਰੋਂਗ ਨਹੀਂ ਹੈ ਆਲਸੋ ਆਮ ਆਦਮੀ ਪਾਰਟੀ ਦੇ ਤੁਹਾਨੂੰ ਕੀ ਲੱਗਦਾ ਕਿ ਫਿਊਚਰ ਪੋਜੀਸ਼ਨਸ ਕੀ ਹੋਣਗੀਆਂ ਇੱਥੇ ਪੰਜਾਬ ਦੇ ਵਿੱਚ ਦੇਖੋ ਉਹੀ ਗੱਲ ਹੈ ਜੀ ਸਾਡੇ ਕੋਲ ਲੀਡਰ ਹੈ ਨਹੀਂ ਕੋਈ ਜਦੋਂ ਏਦਾਂ ਦੀ ਕੋਈ ਪਾਰਟੀ ਆਉਂਦੀ ਹੈ ਸਾਡੇ ਕੋਲ ਅੱਗੇ ਆਉਂਦੀ ਹੈ ਅਰਵਿੰਦ ਕੇਜਰੀਵਾਲ 'ਚ ਵੀ ਲੋਕ ਤਾਂ ਨਿਰਪੱਖ ਬੰਦਾ ਦੇਖਣ ਲੱਗ ਪਏ ਕਿਉਂਕਿ ਉਹਨੇ ਵੀ ਸਿੱਖਾਂ ਦੀ ਕਿਤੇ ਨਾ ਕਿਤੇ ਗੱਲ ਕੀਤੀ ਹੈ ਭਾਵੇਂ ਕਾਫੀ ਲੋਕ ਮੇਰੇ ਇਸ ਵਿਚਾਰ ਦੇ ਨਾਲ ਸਹਿਮਤ ਨਹੀਂ ਹੋਣਗੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਗੱਲ ਹੈ ਭਾਵੇਂ ਹੋਰ ਦਿੱਲੀ ਸਿੱਖ ਕਤਰਿਆਮ ਦੀ ਗੱਲ ਹੈ ਉਹਨੇ ਹਾਂ ਦਾ ਨਾਰਾ ਤਾਂ ਮਾਰਿਆ ਨਾ ਤਾਂ ਮੈਂ ਤਾਂ ਕਹਿੰਦਾ ਕਿ ਉਹ ਸਾਡਾ ਦੂਜਾ ਟੋਡਰਮੱਲ ਦਾ ਇੱਕ ਤਰ੍ਹਾਂ ਦਾ ਉਹਦੇ ਤੋਂ ਦੇਖਣਾ ਸ਼ੁਰੂ ਕਰਤਾ ਸੀ ਅਸੀਂ ਪਰ ਉਹਦਾ ਉਹਦੀ ਚੱਲੀ ਨਹੀਂ ਉਹਦੀ ਸਰਕਾਰ ਵੀ ਇਸੇ ਤਰ੍ਹਾਂ ਉਹਨਾਂ ਨੇ ਤੋੜ ਤੁੜਵਾ ਦਿੱਤੀ ਤਾਂ ਗੱਲ ਇਹ ਹੈ ਕਿ ਜਦੋਂ ਏਦਾਂ ਦੀ ਕੋਈ ਪਾਰਟੀ ਉੱਠਦੀ ਹੈ ਲੋਕ ਪਿੱਛੇ ਲੱਗ ਜਾਂਦੇ ਨੇ ਨਾਲ ਦੀ ਨਾਲ ਲੋਕਾਂ ਕੋਲ ਲੀਡਰ ਨਹੀਂ ਕੋਈ ਜੇ ਕੋਈ ਕੇਜਰੀਵਾਲ ਵਰਗਾ ਵੀ ਜਾਂ ਕੇਜਰੀਵਾਲ ਤੋਂ ਵਧੀਆ ਵੀ ਕੋਈ ਬੰਦਾ ਅੱਗੇ ਆ ਜਾਏ ਨਾ ਤਾਂ ਸਾਡੇ ਲੋਕ ਉਹਨੂੰ ਚੁਣਨ ਲਈ ਤਿਆਰ ਨੇ ਉਹਦੇ ਪਿੱਛੇ ਲੱਗਣ ਲਈ ਤਿਆਰ ਨੇ ਕੋਈ ਤਾਂ ਬੰਦਾ ਆਵੇ ਨਾ ਜੀ ਬਿਲਕੁਲ ਬਿਲਕੁਲ ਤੇ ਸੁਰਿੰਦਰ ਸਿੰਘ ਜੀ ਨਾਓ ਲੈਟਸ ਟਾਕ ਅਬਾਊਟ ਕਿਉਂਕਿ ਆਪਣਾ ਟਾਈਮ ਵੀ ਬਹੁਤ ਲਿਮਿਟਿਡ ਆਪਾਂ ਪੰਜਾਬ ਦੀ ਹੋਰ ਗੱਲਬਾਤ ਕਰਦੇ ਹਾਂ ਜਿਸ ਤਰ੍ਹਾਂ ਆਪਾਂ ਪਹਿਲਾਂ ਸ਼ੁਰੂ ਕੀਤੀ ਸੀ ਗੱਲਬਾਤ ਪੰਜਾਬ ਦੇ ਜਵਾਨੀ ਦੀ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਡਰੱਗਸ ਐਨੂਅਲੀ ਆਉਂਦੀਆਂ ਨੇ ਕਿਸ ਤਰ੍ਹਾਂ ਸਾਡੇ ਪੰਜਾਬ ਦੇ ਛੋਟੇ ਛੋਟੇ ਬੱਚੇ ਜਾਂ ਬਜ਼ੁਰਗ ਵੀ ਇਹਨਾਂ ਡਰੱਗ ਦੇ ਨਸ਼ਿਆਂ ਦੇ ਵਿੱਚ ਜਾ ਰਹੇ ਨੇ ਕੋਈ ਕਾਫੀ ਸਾਰੀਆਂ ਮੁਹਿੰਮ ਲੋਕ ਸ਼ੁਰੂ ਕਰਦੇ ਨੇ ਈਵਨ ਬਾਦਲ ਅਕਾਲੀ ਦਲ ਨੇ ਮੁਹਿੰਮ ਸ਼ੁਰੂ ਕੀਤੀ ਸੀ ਪਰ ਪਤਾ ਨਹੀਂ ਅੱਜ ਕੱਲ੍ਹ ਕਿੱਥੇ ਚਲੀ ਗਈ ਉਹ ਮੁਹਿੰਮ ਆਰ ਓ ਹੇਅਰ ਐਨੀਥਿੰਗ ਅਬਾਊਟ ਇਟ ਵਾਟ ਯੂ ਥਿੰਕ ਅਬਾਊਟ ਜਿਹੜੇ ਨਸ਼ੇ ਪੰਜਾਬ ਦੇ ਵਿੱਚ ਆ ਰਹੇ ਨੇ ਜਾਂ ਬੱਚੇ ਕਰ ਰਹੇ ਤੁਹਾਨੂੰ ਕੀ ਲੱਗਦਾ ਕਿ ਕਿਸ ਚੀਜ਼ ਨੂੰ ਲੀਡ ਕਰਨਗੇ ਅੱਗੇ ਅੱਗੇ ਸਿੱਖੋਮ ਦਾ ਕੀ ਹੋਵੇਗਾ ਦੇਖੋ ਜੀ ਪੰਜਾਬ ਦੇ ਵਿੱਚ ਜਿਹੜੀ ਨਸ਼ੇ ਦੀ ਗੱਲ ਹੈ ਜਿਹੜਾ ਬੰਦਾ ਨਸ਼ਾ ਖੁਦ ਵੇਚ ਰਿਹਾ ਜਿਹਦੇ ਜਿਹਦੀ ਜੇਬ ਜੇਬ 'ਚ ਪੈਸਾ ਆ ਰਿਹਾ ਉਹ ਨਸ਼ਾ ਵੇਚ ਕੇ
ਤੇ ਉਹ ਬੰਦਾ ਨਸ਼ਾ ਕਿਵੇਂ ਬੰਦ ਕਰ ਸਕਦਾ? ਹੁਣ ਜੇ ਮੈਨੂੰ ਕੋਈ ਪੱਤਰਕਾਰੀ ਤੋਂ ਕੋਈ ਪੈਸਾ ਆ ਰਿਹਾ, ਮੇਰੀ ਰੋਜ਼ੀ ਰੋਟੀ ਚੱਲ ਰਹੀ ਹੈ, ਮੈਂ ਪੱਤਰਕਾਰੀ ਕਿਵੇਂ ਛੱਡ ਸਕਦਾ? ਬਿਲਕੁਲ ਇਸੇ ਤਰ੍ਹਾਂ ਪੰਜਾਬ ਦੇ ਨਸ਼ੇ ਨੇ, ਇਹ ਉਦੋਂ ਤੱਕ ਬੰਦ ਨਹੀਂ ਹੁੰਦੇ ਜਦੋਂ ਤੱਕ ਇੱਥੇ ਰਾਜ ਬਲਦਾ ਨਹੀਂ ਹੁੰਦਾ, ਜਦੋਂ ਤੱਕ ਇਨਕਲਾਬ ਨਹੀਂ ਹੁੰਦਾ ਉਦੋਂ ਤੱਕ ਇਹ ਨਸ਼ੇ ਬੰਦ ਨਹੀਂ ਹੋ ਸਕਦੇ। ਜੀ ਜੀ ਬਿਲਕੁਲ, ਅਸੀਂ ਤਾਂ ਇਨਕਲਾਬ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਵੱਖ ਵੱਖ ਸ਼ਖਸੀਅਤਾਂ ਅਸੀਂ ਟੀਵੀ 84 ਤੇ ਦਰਸ਼ਕਾਂ ਨਾਲ ਅਸੀਂ ਰੂਬਰੂ ਕਰਵਾਉਂਦੇ ਹਾਂ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਅਮਰੀਕਾ ਦੇ ਵਿੱਚ, ਬਾਹਰ ਦੇ ਦੇਸ਼ਾਂ ਦੇ ਵਿੱਚ ਕਿ ਸਾਡੇ ਪੰਜਾਬ ਦੇ ਵਿੱਚ ਕੀ ਹੋ ਰਿਹਾ, ਕਿਉਂਕਿ ਵਟ ਇਜ਼ ਹੈਪਨਿੰਗ ਇਨ ਪੰਜਾਬ ਇਜ਼ ਰੀਅਲੀ ਰੀਅਲੀ ਸੈਡ। ਸਾਰੀ ਨਸਲਕੁਸ਼ੀ ਕਾਫੀ ਕੀਤੀ ਹੈ ਇਹਨਾਂ ਨੇ, ਜੈਨੋਸਾਈਡ ਕੀਤੇ ਥਰੂ ਆਲ ਦ ਏਜਸ, ਬਟ ਦਿਸ ਇਜ਼ ਅ ਨਿਊ ਨਸਲਕੁਸ਼ੀ ਦੈਟ ਵੀ ਗੋਇੰਗ ਥਰੂ ਪੰਜਾਬ ਦੇ ਵਿੱਚ। ਛੋਟੇ ਛੋਟੇ ਬੱਚੇ ਅਸੀਂ ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ ਸੂਸਾਈਡ ਕਰ ਰਹੇ ਨੇ ਬਿਕੋਜ਼ ਦੇ ਨਾਟ ਗੈਟਿੰਗ ਇਨਫ ਡਰੱਗਸ, ਐਂਡ ਅੱਜ ਕੱਲ੍ਹ ਤਾਂ ਕਾਫੀ ਬੱਚੇ ਹੋਣ ਜਿਹੜੇ ਅੱਜ ਕੱਲ੍ਹ ਨੌਜਵਾਨ ਨੇ ਉਹ ਤਾਂ ਬਾਦਲ ਵੱਲ ਜੁੱਤੀਆਂ ਵੀ ਕਮਾ ਕਮਾ ਕੇ ਮਾਰਦੇ ਨੇ। ਆਈ ਥਿੰਕ ਦਿਸ ਇਜ਼ ਅਨਦਰ ਲੈਸਨ, ਪੀਪਲ ਕਿੰਨੇ ਤੰਗ ਆ ਚੁੱਕੇ ਨੇ ਇਸ ਬਾਦਲ ਪਰਿਵਾਰ ਤੋਂ। ਬਟ ਐਨੀਵੇਜ਼, ਸਾਡਾ ਫਰਜ਼ ਹੈ ਕਿ ਲੋਕਾਂ ਨੂੰ ਜਾਗਰੂਕ ਕਰਾਉਣਾ। ਰੀਤ ਕੌਰ ਜੀ, ਦੇਖੋ ਜਿਹੜਾ 1978 ਤੋਂ ਲੈ ਕੇ 1984 ਤੱਕ 6 ਸਾਲਾਂ ਦੇ ਸਮੇਂ 'ਚ ਜੋ ਕੌਮ ਨੂੰ ਜਾਗ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਲਾਈ, ਜਿਸ ਤਰੀਕੇ ਨਾਲ ਉਹਨਾਂ ਨੇ ਕੌਮ ਦੇ ਅੱਗੇ ਏਜੰਡਾ ਪੇਸ਼ ਕੀਤਾ, ਜਿਸ ਤਰੀਕੇ ਨਾਲ ਉਹਨਾਂ ਨੇ 150 ਸਾਲ ਦੇ ਬਾਅਦ ਇੱਕ 20ਵੀਂ ਸਦੀ ਦਾ ਮਹਾਨ ਜਰਨੈਲ ਬਣ ਕੇ ਸਿੱਖਾਂ ਨੂੰ ਇੱਕ ਏਜੰਡਾ ਦਿੱਤਾ, ਸਿੱਖਾਂ ਨੂੰ ਇਹ ਅਹਿਸਾਸ ਕਰਾਇਆ ਕਿ ਤੁਸੀਂ ਗੁਲਾਮ ਹੋ, ਤੁਹਾਡਾ ਆਪਣਾ ਕੋਈ ਘਰ ਹੋਣਾ ਚਾਹੀਦਾ। ਉਹ ਜਿਹੜਾ 6 ਸਾਲ ਦੇ ਵਿੱਚ ਜਾਗ ਲਾਈ ਸੀ, ਇਹਨਾਂ ਬਾਦਲਾਂ ਨੇ ਤੇ ਕਾਂਗਰਸ ਨੇ ਮਿਲ ਕੇ ਤੇ ਆਰਐਸਐਸ ਨੇ ਮਿਲ ਕੇ ਬਹੁਤ ਤਰੀਕੇ ਨਾਲ ਉਹ 30 ਸਾਲਾਂ ਦੇ ਵਿੱਚ ਉਸਨੂੰ ਇਸ ਹੱਦ ਤੱਕ ਲਿਆ ਕੇ ਖੜਾ ਕਰਤਾ। ਜਦੋਂ ਸੰਤ ਜਰਨੈਲ ਸਿੰਘ ਦੇ ਸਮੇਂ ਜਿਹੜੇ ਪੰਜਾਬ ਦੇ ਮੁੰਡੇ ਸਨ, ਪਤਿਤ ਸਨ ਜਾਂ ਨਸ਼ਾ ਕਰਦੇ ਸਨ, ਉਹ ਕੇਸਦਾਰੀ ਰੱਖ ਕੇ ਅੰਮ੍ਰਿਤ ਵਾਲੇ ਗੁਰੂ ਵਾਲੇ ਬਣਨ ਲੱਗ ਪਏ, ਅੰਮ੍ਰਿਤ ਛੱਡਣ ਲੱਗ ਪਏ ਤੇ ਉਹਨਾਂ ਨੇ ਨਸ਼ੇ ਪੱਤੇ ਛੱਡਦੇ ਸਨ ਤੇ ਉਹ ਗੁਰੂ ਘਰ ਦੀਆਂ ਗੱਲਾਂ ਕਰਨ ਲੱਗ ਪਏ ਸਨ, ਤੇ ਅੱਜ ਉਹੀ 30 ਸਾਲਾਂ ਦੇ ਵਿੱਚ ਇਹਨਾਂ ਨੇ ਪੰਜਾਬ ਦੇ ਹਾਲਾਤ ਉੱਥੇ ਲਿਆ ਕੇ ਖੜੇ ਕਰਤੇ ਕਿ ਅੱਜ ਪੰਜਾਬ ਦਾ ਜੱਟ ਹੈ ਜਿਹੜਾ, ਪੰਜਾਬ ਦੇ ਜੱਟ ਦਾ ਮੁੰਡਾ ਸਭ ਤੋਂ ਪਹਿਲਾਂ ਨਾਈ ਦੀ ਦੁਕਾਨ ਤੇ ਜਾਂਦਾ, ਹਾਂਜੀ ਠੀਕ ਹੈ ਨਾ, ਤੇ ਉਹ ਜਰਦਾ ਭੁੱਕੀ ਸ਼ਰਾਬ ਅਫੀਮ ਪਤਾ ਨੀ ਕੀ ਖਾਂਦਾ, ਤੇ ਸਮੈਕਸ ਉਹਦੇ ਲਈ ਛੋਟੀ ਮੋਟੀ ਚੀਜ਼ ਰਹਿ ਗਈ ਹੈ, ਉਹ ਤਾਂ ਹੋਮ ਡਿਲੀਵਰੀ ਮਿਲਦੀ ਹੈ ਇਹਨਾਂ ਦੇ ਰਾਜ ਦੇ ਵਿੱਚ ਸਾਰਾ ਕੁਝ। ਤੇ ਇਹੋ ਜਿਹੇ ਸਮੇਂ ਦੇ ਵਿੱਚ 30 ਸਾਲ ਲਾਏ ਨੇ ਇਹਨਾਂ ਨੇ ਮਿਲ ਕੇ, ਸਾਰੀਆਂ ਏਜੰਸੀਆਂ ਨੇ, ਸਾਰੀਆਂ ਇਹ ਸਿਆਸੀ ਪਾਰਟੀਆਂ ਨੇ ਤੇ ਇਸ ਪਰਿਵਾਰ ਨੇ, ਉਹ 6 ਸਾਲ ਦੇ ਵਿੱਚ ਜਿਹੜੀ ਕੌਮ ਦੀ ਸੋਚ ਬਣੀ ਸੀ ਉਸਨੂੰ ਖਤਮ ਕਰਨ ਦੇ ਲਈ। ਤਾਂ ਇਹ ਨਸ਼ਾ ਪੱਤਾ ਤਾਂ ਕੁਛ ਨੀ, ਗੱਲ ਤਾਂ ਸਾਡੀ ਸੋਚ ਦੀ ਹੈ, ਸਾਡੀ ਸੋਚ ਹੀ ਨੀ ਰਹੂਗੀ ਤਾਂ ਇਹ ਸਾਰਾ ਕੁਛ ਖਰਾਬ ਹੋ ਜਾਊਗਾ। ਸਾਡੇ ਸਕੂਲਾਂ ਦੇ ਬੱਚਿਆਂ ਦੇ ਜਿਹੜੀਆਂ ਕਿਤਾਬਾਂ 'ਚ ਪਾਠ ਲੱਗੇ ਹੁੰਦੇ ਸਨ, ਗੁਰੂ ਤੇਗ ਬਹਾਦਰ ਜੀ ਦਾ ਇੱਕ ਲੇਖ ਹੁੰਦਾ ਸੀ, ਸਾਡੀਆਂ ਸ਼ਹੀਦਾਂ ਬਾਰੇ ਜਿਹੜੀਆਂ ਕਹਾਣੀਆਂ ਹੁੰਦੀਆਂ ਸਨ ਉਹ ਇਹਨਾਂ ਨੇ ਖਤਮ ਹੀ ਕਰ ਦਿੱਤੀਆਂ। ਉਹ ਕਹਿੰਦੇ ਇਹਨਾਂ ਦਾ ਕੀ ਲੋੜ ਹੈ, ਉਹ ਕਹਿੰਦੇ ਨੇ ਕਿ ਇਤਿਹਾਸ ਦੀ ਜੁਗਾਲੀ ਕਰਨ ਦਾ ਕੀ ਫਾਇਦਾ, ਇਤਿਹਾਸ ਕਿਹੜਾ ਕੁਛ, ਇਤਿਹਾਸ ਨੇ ਨੌਕਰੀ ਨੀ ਦੇਣੀ ਹੈਗੀ ਕਹਿੰਦੇ। ਹਾਂਜੀ, ਇਸ ਕਰਕੇ ਅਸੀਂ ਇਹ ਲੇਖ ਬੰਦ ਕਰਤੇ ਕਿਤਾਬਾਂ ਚੋਂ। ਤੇ ਅੱਜ ਕੱਲ ਤਾਂ ਕਹਿੰਦੇ ਇੰਟਰਨੈਟ ਦਾ ਯੂਜ਼ ਕਰ, ਬੱਚਾ ਕੰਪਿਊਟਰ ਸਿੱਖੇ ਜਾਂ ਏਦਾਂ ਉਦਾਂ ਦੀਆਂ ਚੀਜ਼ਾਂ ਸਿੱਖੇ, ਇਸ ਕਰਕੇ ਅਸੀਂ ਇਹ ਸਿਲੇਬਸ ਬਦਲ ਰਹੇ ਹਾਂ। ਪਰ ਦੇਖੋ ਕਿੰਨੇ ਤਰੀਕੇ ਨਾਲ ਇਹਨਾਂ ਨੇ ਸਾਡਾ ਵਿਰਸਾ ਖਤਮ ਕਰਨ ਦੀ ਸਾਜਿਸ਼ ਰਚੀ ਹੈ। ਅੱਜ ਦੇ ਸਾਡੇ 12 ਸਾਲ 14 ਸਾਲ ਦੇ ਬੱਚੇ ਨੂੰ ਪਤਾ ਨਹੀਂ ਗੁਰੂ ਤੇਗ ਬਹਾਦਰ ਜੀ ਨੇ ਕੀ ਕੁਰਬਾਨੀ ਕੀਤੀ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਿਵੇਂ ਹੋਈ। ਅੱਜ ਸਾਡੇ ਬੱਚਿਆਂ ਨੂੰ ਪਤਾ ਨਹੀਂ ਕਿ ਗੰਗੂ ਬ੍ਰਾਹਮਣ ਨੇ ਕੀ ਕਾਰਾ ਕਰਕੇ ਛੋਟੇ ਬੱਚਿਆਂ ਨੂੰ ਸ਼ਹੀਦ ਕਰਵਾਇਆ। ਅੱਜ ਸਾਡੇ ਬੱਚਿਆਂ ਨੂੰ ਪਤਾ ਨਹੀਂ ਕਿ ਪਹਾੜੀ ਰਾਜਿਆਂ ਨੇ ਜਿਹੜੇ ਹਿੰਦੂ ਪਹਾੜੀ ਰਾਜੇ ਸੀ, ਅਸਲ ਦੁਖੀ ਉਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਛਡਵਾਉਣ ਦੇ ਲਈ, ਤੇ ਇਹ ਸਾਡੇ ਬੱਚਿਆਂ ਨੂੰ ਪਤਾ ਨਹੀਂ ਹੈਗਾ। ਇਹ ਕਿਉਂ ਨੀ ਪਤਾ ਹੈਗਾ? ਕਿਉਂਕਿ ਉਹਨਾਂ ਨੇ ਕਿਤਾਬਾਂ ਚ ਸਾਰੇ ਪਾਠ ਖਤਮ ਕਰਦੇ ਹੋ। ਹਾਂਜੀ, ਸਾਜਿਸ਼ ਜਿਹੜੀ ਹੈ ਇਹਨੂੰ ਸਮਝਣ ਦੀ ਲੋੜ ਹੈ ਸਾਨੂੰ। ਜਦੋਂ ਤੱਕ ਅਸੀਂ ਆਪਣਾ ਇਤਿਹਾਸ ਨੀ ਪੜ੍ਹਦੇ, ਆਪਣਾ ਵਿਰਸਾ ਨੀ ਪੜ੍ਹਦੇ, ਆਪਣੇ ਬੱਚਿਆਂ ਨੂੰ ਨੀ ਪੜ੍ਹਾਉਂਦੇ, ਤਾਂ ਇਹ ਜਿਹੜਾ ਹੈ ਸਾਰਾ ਕੁਛ ਖਤਮ ਹੋ ਜਾਊਗਾ। ਬਿਲਕੁਲ ਸੁਨਿੰਦਰ ਸਿੰਘ ਜੀ, ਦਿਸ ਇਜ਼ ਰੀਅਲੀ ਰੀਅਲੀ ਸੈਡ ਕਿ ਸਾਡੇ ਸਿੱਖਾਂ ਭੈਣਾਂ ਭਰਾਵਾਂ ਨੇ, ਬਜ਼ੁਰਗਾਂ ਨੇ ਕਿੰਨਾ ਸਾਡੇ ਲਈ ਜਾਨ ਦਿੱਤੀ ਹੈ। ਟੀਅਰ ਕਮ ਸਮਾਂ ਆਇਆ ਕਿ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਜਾਂ ਜਨਰੇਸ਼ਨ ਸਾਡੀ ਪੰਜਾਬ ਦੇ ਵਿੱਚ ਵਸੀ ਹੋਈ ਹੈ ਇਸ ਵੇਲੇ, ਉਹ ਕਿਸ ਤਰ੍ਹਾਂ ਗਲਤ ਕੰਮਾਂ ਦੇ ਵਿੱਚ ਪਈ ਹੋਈ, ਗਲਤ ਰਸਤੇ 'ਤੇ ਤੁਰ ਪਈ ਹੈ, ਪਰ ਅਸੀਂ ਫਿਰ ਵੀ ਟਰਾਈ ਕਰਦੇ ਹਾਂ ਆਪਣੇ ਵੱਲੋਂ ਕਿ ਉਹਨਾਂ ਨੂੰ ਇੱਕ ਰਾਈਟ ਪੈਥ 'ਤੇ ਲੈ ਕੇ ਆਈਏ, ਇੱਕ ਰਾਈਟ ਰਸਤੇ 'ਤੇ ਲੈ ਕੇ ਆਈਏ। ਸਾਡਾ ਤਾਂ ਇਹੀ ਟੀਵੀ 84 ਵੱਲੋਂ ਉਪਰਾਲਾ, ਤਾਂ ਹੀ ਤਾਂ ਅਸੀਂ ਤੁਹਾਡੀ ਵਰਗੀ ਸ਼ਖਸੀਅਤਾਂ ਨੂੰ ਵਾਰ ਵਾਰ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਕਰਵਾਉਣੇ, ਤਾਂ ਕਿ ਸਾਡੇ ਦਰਸ਼ਕ ਨੇ ਬਾਹਰ ਦੇ ਦੇਸ਼ਾਂ ਦੇ ਵਿੱਚ ਵੀ ਹੈ ਉਹ ਵੀ ਜਾਗਰੂਕ ਹੋਣ, ਆਪਣੀਆਂ ਫੈਮਲੀਆਂ ਪੰਜਾਬ ਦੇ ਵਿੱਚ ਸੰਭਾਲਣ, ਐਂਡ ਵਾਪਿਸ ਜਾ ਕੇ ਉਹਨਾਂ ਦੀ ਟੇਕ ਕੇਅਰ ਕਰਨ, ਬਿਕੋਜ਼ ਦੀਸ ਪੀਪਲ ਅਸੀਂ ਉਹਨਾਂ ਨੂੰ ਛੱਡ ਨਹੀਂ ਸਕਦੇ, ਸਾਨੂੰ ਉਹਨਾਂ ਦੀ ਵਾਪਿਸ ਜਾ ਕੇ ਮਦਦ ਕਰਨੀ ਹੀ ਪੈਣੀ ਆ। ਬਟ ਐਨੀਵੇ ਸੁਰਿੰਦਰ ਸਿੰਘ ਜੀ, ਥੈਂਕ ਯੂ ਸੋ ਮੱਚ ਫੋਰ ਯੋਰ ਟਾਈਮ। ਸਾਡਾ ਵਕਤ ਵੀ ਹੁਣ ਸਮਾਪਤੀ ਵੱਲ ਜਾ ਰਿਹਾ, ਅਸੀਂ ਚਾਹਾਂਗੇ ਕਿ ਬਾਕੀ ਜਿਹੜੇ ਸਾਡੇ ਮੁੱਦੇ ਰਹਿ ਗਏ ਨੇ ਉਹਨਾਂ ਬਾਰੇ ਵੀ ਤੁਸੀਂ ਸਾਡੇ ਦਰਸ਼ਕਾਂ ਦੇ ਫਿਰ ਤੋਂ ਰੂਬਰੂ ਹੋਵੋ, ਬਾਕੀ ਸਵਾਲਾਂ ਦੇ ਵੀ ਸਾਡੇ ਜਵਾਬ ਜ਼ਰੂਰ ਦਿਓ। ਪਰ ਅੱਜ ਸਾਡੇ ਕੋਲ ਅਸੀਂ ਆਜ਼ਾਦ ਲੈਂਦੇ ਹਾਂ ਸੁਰਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਜ਼, ਆਜ਼ਾਦ ਟਾਈਮ ਹੋ ਗਿਆ ਤੁਹਾਡੇ ਕੋਲ ਆਜ਼ਾਦ ਲੈਣ ਦਾ, ਕੱਲ੍ਹ ਨੂੰ ਮਿਲਾਂਗੇ ਅਸੀਂ ਸੇਮ ਟਾਈਮ ਸੇਮ ਸ਼ੋਅ 'ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।